ਹਾਂਜੀ ਹਰਕੇਸ਼ ਠੀਕ ਆ, ਕੀ ਮੈਟਰ ਹੋਇਆ ਤੁਹਾਨੂੰ, ਕੀ ਬੁਲਾਉਣਾ ਪਿਆ? ਭਾਅ ਜੀ ਮੈਂ ਆਪਣੇ ਇਹਨਾਂ ਕੋਲ ਕੰਮ ਕਰਦਾ, ਵਰਕਰ ਹਾਂ, ਠੀਕ ਹੈ ਜੀ। ਅਤੇ ਮੇਰੇ ਨਾਲ ਥੋੜ੍ਹੀ ਪਹਿਲਾਂ ਉਹਨੇ ਤੂੰ ਮੈਂ ਕੀਤੀ, ਮੈਂ ਕਿਹਾ ਭਾਈ ਕੋਈ ਗੱਲ ਨਹੀਂ, ਤੁਸੀਂ ਚਾਰ ਆਪਣੇ ਗਾਹਕ ਤਾਂ ਚੱਲਦਾ ਹੀ ਰਹਿੰਦਾ। ਮੇਰਾ ਆਇਆ ਸੀ ਕੋਈ ਕਜ਼ਨ ਕੋਈ ਬਾਹਰੋਂ ਆਇਆ ਸੀਗਾ, ਉਹ ਮੈਨੂੰ ਮਿਲ ਗਿਆ, ਬਸ ਇਹ ਬੋਲਣ ਲੱਗ ਪਏ ਤੂੰ ਮੇਰੇ ਦੁਕਾਨ 'ਤੇ ਅੱਗੇ ਕਦਮ ਕਿਉਂ ਰੱਖਿਆ, ਤਾਂ ਉੱਥੇ ਹੀ ਮੈਂ ਸਾਥ ਤੋਂ ਭਾਈ ਕਰਨ ਲੱਗ ਪਿਆ। ਪਹਿਲਾਂ ਵੀ ਕਿਸੇ ਪਹਿਲਾਂ ਨਹੀਂ, ਪਹਿਲਾਂ ਬਸ ਉਹੀ ਗਾਹਕ ਦੇ ਵਿੱਚ ਬਦਲ ਥੋੜ੍ਹਾ ਮੋਟਾ ਹੁੰਦਾ ਰਹਿੰਦਾ ਸੀ, ਉਹ ਇੱਦਾਂ ਨਹੀਂ ਸੀ। ਫਿਰ ਇਹਨਾਂ ਨੇ ਤਿਆਰ ਆਪਣੇ ਕੀ ਪਹਿਲਾਂ ਤਾਂ ਦਾਤ, ਫਿਰ ਕਰਮਾਨਾ ਔਰ ਆਪਣਾ ਸਟੂਲ, ਬਹੁਤ ਸਾਰਾ ਕੁਛ ਲੈ ਕੇ, ਬਸ ਉਦੋਂ ਪਤਾ ਨਹੀਂ ਚੱਲਿਆ ਬਾਈ ਵਾਧੂ ਮਾਰ। ਇਹ ਭਾਈ 9:30-9 ਵਜੇ ਦੀ ਗੱਲ ਹੈ, 8:30-9 ਵਜੇ ਦੀ ਗੱਲ ਹੈ। ਅੱਜ ਆਏ ਪਹਿਲਾਂ ਨਾ ਬਾਹਰ ਧਮਕੀ ਦੇ ਰਿਹਾ ਸੀ ਇਹਨਾਂ ਦੇ ਬੰਦੇ ਨਾਲ ਦਿਆਂ ਦੇ ਸਾਡਿਆਂ ਦੇ, ਉਹ ਕਹਿੰਦੇ ਗਾਲ ਕੱਟ ਕੇ ਕਹਿੰਦੇ ਇਹਨੂੰ ਬਾਹਰ ਕੱਢੋ, ਇਹਨਾਂ ਨੂੰ ਮਾਰੀਏ, ਕਹਿੰਦੇ ਵੀ ਦੁਕਾਨ ਦੇ ਅੰਦਰੋਂ ਕੱਢ ਲਾਂਗੇ, ਅੰਦਰੋਂ ਕੱਢ ਲਾਂਗੇ। ਫਿਰ ਇਹ ਨਾ ਗਲੀ 'ਚ ਵੜ ਗਏ, ਗਲੀ 'ਚ ਵੜ ਕੇ ਮੈਂ ਫਿਰ ਨਾ 100 ਨੰਬਰ 'ਤੇ ਨਾ ਕੀਤੀ ਕੰਪਲੇਂਟ, ਅਤੇ ਉਹ ਕਹਿੰਦੇ ਤੁਹਾਨੂੰ ਘਰ ਪੁਲਿਸ ਚਾਹੀਦੀ ਕਿ ਦੁਕਾਨ 'ਤੇ? ਮੈਂ ਕਿਹਾ ਨਹੀਂ ਮੈਨੂੰ ਦੁਕਾਨ 'ਤੇ ਚਾਹੀਦੀ, ਮੇਰੇ ਬੱਚਿਆਂ ਤਾਂ ਮੈਨੂੰ ਡਰ ਹੈ। ਫਿਰ ਇਹਨਾਂ ਨੂੰ ਹੀ ਆ ਵੀ ਗਏ, ਇਹ ਆ ਗਏ, ਇਹਨਾਂ ਨੇ ਦੁਕਾਨ ਬੰਦ ਕੀਤੀ ਸਾਰੇ, ਇਹਨਾਂ ਨੂੰ ਆ ਗਏ, ਇਹਨਾਂ ਨੇ ਤੋੜ ਪਾਉਣ, ਮੇਰੀਆਂ ਦੁਕਾਨਾਂ ਦੋਨੇ ਤੋੜ ਤੀ। ਮੈਂ ਬੜੀ ਔਖੀ ਦੁਕਾਨ ਲਈ, ਬੱਚਿਆਂ ਦਾ ਅਟੈਕ ਕਰ ਰਿਹਾ ਸਾਰਿਆਂ ਤੇ, ਮੰਮੀ ਕੋਈ ਨਹੀਂ ਜਾ ਰਹੀ, ਮੈਂ ਬੜੀ ਔਖੀ ਦੁਕਾਨ ਲਈ, ਮੇਰਾ ਆਦਮੀ 8 ਸਾਲ ਹੋ ਗਿਆ ਮੰਜੇ ਤੇ ਪੈਰਾਲਾਈਜ਼ ਤੇ ਗਿਆ, ਉਹ ਪੈਰਾਲਾਈਜ਼ ਦਾ ਅਟੈਕ ਹੋਇਆ ਹੈ ਉਹਨਾਂ ਨੂੰ ਮੰਜੇ ਤੇ ਵਿਚਾਰੇ, ਸਾਰੇ ਉਹਨੂੰ ਹੀ ਮਾਰਿਆ 4-5 ਸਾਲ ਲਾ ਦੂ। ਸਰ ਗੀਤਾਂਸ਼ੂ ਸਰ, ਸਰ ਚੌੜਾ ਬਾਜ਼ਾਰ ਤੋਂ ਸਰ, ਮੇਰੇ ਸਰ ਚੂੜੇ ਦਾ ਹੀ ਕੰਮ ਹੈ ਸਰ। ਸਰ ਐਕਚੁਅਲ ਇਹਨਾਂ ਨੇ ਮਤਲਬ ਇੰਨਾ ਹੀ ਸਾਡੀ ਵਰਕਰ ਦੇ ਨਾਲ ਬਹਿਸ ਹੋਈ ਸੀਗੀ, ਉਹ ਵੀ ਇਨਕੇਸ ਆਪਾਂ ਛੁਡਾਉਣ ਹੀ ਗਿਆ ਸੀਗਾ ਮੈਂ, ਇਹਨਾਂ ਨੇ ਮੇਰਾ ਹੀ ਨਾਮ ਵਿੱਚ ਇਨਕਲੂਡ ਕਰਤਾ, ਤਾਂ ਫਿਰ ਆਪਾਂ ਇਹਨਾਂ ਨੇ ਥਾਣੇ ਰਿਪੋਰਟ ਕਰਤੀ ਸੀਗੀ, ਫਿਰ ਆਪਾਂ ਵੀ ਕਰਤੀ ਸੀਗੀ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਥਾਣੇ ਵਾਲਿਆਂ ਨੇ ਕਿ ਤੁਸੀਂ ਮੋਰਨਿੰਗ ਆਈਓ, ਤਾਂ ਫਿਰ ਦੈਨ ਉਸ ਤੋਂ ਬਾਅਦ ਫਿਰ ਕੀ ਹੋਇਆ, ਇਹਨਾਂ ਨੇ ਮਤਲਬ 17-18 ਮੁੰਡੇ ਆ ਚੁੱਕੇ ਸੀ ਦੁਕਾਨ 'ਤੇ, ਠੀਕ ਹੈ। ਮੇਰੇ ਕੋਲ ਰਿਕਾਰਡਿੰਗ ਵੀ ਹੈ, ਮੈਂ ਪਰੂਫ ਦਊਂਗਾ ਜ਼ਰੂਰ, ਮੇਰੇ ਕੋਲ ਰਿਕਾਰਡਿੰਗ ਹੈ ਮੇਰੇ ਪਾਸ, ਠੀਕ ਹੈ ਨਾ। ਮੈਂ ਰਿਕਾਰਡਿੰਗ 5-6 ਆਪ ਸੀਗੇ, ਠੀਕ ਹੈ, 16-17 ਮਿਨੀਮਮ ਮੁੰਡੇ ਹੋਣੇ ਆਈਡੀਆ, ਠੀਕ ਹੈ। ਉਹਨਾਂ ਨੇ ਕਿਹਾ ਕੋਈ ਨਾ ਆਪਾਂ ਇਹਨਾਂ ਦੁਕਾਨ ਤੋਂ ਕੱਢ ਕੇ ਬਾਹਰ ਮਾਰਾਂਗੇ। ਮੈਂ ਵੀ ਆਪਣੇ ਯਾਰ ਦੋਸਤ 2-3 ਆਪਣੇ ਸੇਫ ਸਾਈਡ ਲਈ ਰੱਖੇ ਹੋਏ ਸੀ ਕਿ ਮੇਰੇ ਮੈਂ ਹਮਲਾ ਕਰ ਦੇਣ, ਮੈਂ ਕੀ ਇਕੱਲਾ ਕਰੂੰਗਾ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਮੇਰੇ ਕੋਲ ਐਵੀਡੈਂਸ ਆ, ਇਹਨਾਂ ਦਾ ਕੋਈ ਹੈਬੋਵਾਲ ਦਾ ਹੀ ਮੁੰਡੇ ਹੈਗੇ ਆ, ਠੀਕ ਹੈ। ਉਹਨਾਂ ਨੇ ਆ ਕੇ ਇੱਕ ਤਾਂ ਮੈਨੂੰ ਮਾਰਨਾ ਸਟਾਰਟ ਕਰਤਾ, ਕਿਰਪਾਨ ਵਗੈਰਾ, ਮੇਰੀ ਮਦਰ 'ਤੇ ਇਹਨਾਂ ਨੇ ਹਮਲਾ ਕੀਤਾ, ਮੈਂ ਆਪਣੀ ਮਦਰ ਨੂੰ ਸੇਫ ਸਾਈਡ ਕਰਦੇ ਇਹਨਾਂ ਨੇ ਮੇਰੀ ਸਾਰੀ ਦੁਕਾਨ ਤੋੜਤੀ ਸਰ, 2.5-3 ਲੱਖ ਦਾ ਨੁਕਸਾਨ ਹੋ ਗਿਆ ਸਾਰੀ ਦੁਕਾਨ ਤੋੜ। ਹਾਂਜੀ ਹਾਂਜੀ ਸਰ, ਮੇਰੇ ਮਦਰ ਦੇ ਵੱਜੀ ਆ, ਠੀਕ ਹੈ। ਮੇਰੇ ਮਦਰ ਨਾਮ ਸੀਮਾ, ਠੀਕ ਹੈ, ਮੇਰੇ ਬ੍ਰਦਰ ਨਾਮ ਸਾਹਿਲ, ਠੀਕ ਹੈ, ਇਹ ਦਿਲਾਵਰ, ਠੀਕ ਹੈ, ਮੇਰਾ ਵਰਕਰ, ਆਹ ਮੇਰੇ ਭਾਜੀ, ਠੀਕ ਹੈ, ਰਕੇਸ਼, ਠੀਕ ਹੈ, ਅਤੇ ਐਪ ਆਪਾਂ ਸਭ ਦੇ ਸੱਟਾਂ ਲੱਗੀਆਂ ਸਰ ਸਾਰੀਆਂ। ਮੇਰੇ ਕੋਲ ਸਰ ਲੜਾਈ ਦਾ ਕਾਰਨ ਸਰ ਇਹਨਾਂ ਦਾ ਕਹਿ ਬਈ ਕਲਪਦੇ ਆ ਸਰ ਮੇਰੇ ਕੰਮ ਤੋਂ, ਬਸ ਹੋਰ ਕੁਛ ਨਹੀਂ ਹੈ, ਬਸ ਉਹ ਤਾਂ ਰੱਬ ਨੇ ਦੇਣਾ ਨਾ ਸਰ ਸਾਨੂੰ, ਮੇਰੇ ਕੰਮ ਤੋਂ ਕਲਪਦੇ ਆ ਸਰ, ਹੋਰ ਕੁਛ ਨਹੀਂ ਹੈ, ਬਸ ਇੱਕ ਚੈਨੀ ਮੇਰੀ ਬ੍ਰਦਰ ਮੇਰੀ ਗੱਲ ਸੁਣੋ, ਘੱਟੋ ਘੱਟ 20-25 20-25 ਮੁੰਡੇ ਮੇਰੇ ਕੋਲ ਸਰ, ਸਾਰੇ 20-25 ਮੁੰਡੇ ਆ ਭਾਈ, ਤੇ 2 ਇਹਨਾਂ ਦੇ ਜਵਾਈ ਆ ਭਾਈ, ਕਿਰਪਾਨਾਂ ਸੀਗੀਆਂ, ਦਾਤ ਸੀਗੇ ਜੀ, ਦਾਤ ਸੀ, ਇੱਟਾਂ ਮਾਰੀਆਂ ਇਹਨਾਂ ਨੇ ਸਰ, ਮੇਰੀ ਦੁਕਾਨ ਦੇ ਸਾਰੇ ਕਾਊਂਟਰ ਤੋੜ ਦਿੱਤੇ, ਕਾਊਂਟਰ ਸਟੋਰ ਸਾਰੇ ਮਾਰੇ, ਸਾਰੀ ਦੁਕਾਨ ਤੋੜ ਦਿੱਤੀ ਹੋਈ ਆ, ਖਰਾਬ ਹੋ ਚੁੱਕਾ ਸਰ, ਠੀਕ ਹੈ ਨਾ। ਮੇਰੀ ਪੇਮੈਂਟ ਸੀ ਸਰ, ਠੀਕ ਹੈ, 90-80 ਹਜ਼ਾਰ ਚੈਨੀ ਸੀਗੀ, ਮੇਰੇ ਬ੍ਰਦਰ ਦੀ ਚੈਨੀ ਸੀ, ਉਹ ਵੀ ਭਈਆ ਦੀ ਚੈਨੀ ਸੀਗੀ, ਨਹੀਂ 6-7 ਇੱਦਾਂ ਨਹੀਂ ਹੋਈ ਕਦੀ, ਇਹ ਫਸਟ ਟਾਈਮ ਹੀ ਹੋਈ ਹੈ, ਇਹਨਾਂ ਦਾ ਕੋਈ 6-7 ਮਹੀਨੇ ਪਹਿਲਾਂ ਹੋਈ ਸੀ, ਮੈਂ ਤੁਹਾਨੂੰ ਦੱਸਦਾ ਸਰ, ਠੀਕ ਹੈ। ਇਹਨਾਂ ਦਾ ਜਿਹੜਾ ਮੇਨ ਵਰਕਰ ਹੈ ਨਾ, ਉਹ ਇੱਦਾਂ ਦਾ, ਕਿਉਂਕਿ ਉਹ ਪੇਸ਼ੈਂਟ ਦਿਮਾਗ ਦਾ ਸਰ, ਉਹ ਮੈਡੀਸਨ ਹੀ ਖਾਂਦਾ ਹੈ। ਮੈਂ ਨਹੀਂ ਕਹਿ ਰਿਹਾ ਕਿ ਮੈਂ ਤੁਹਾਨੂੰ ਮੀਡੀਆ ਦੇ ਸਾਹਮਣੇ ਬੋਲੂੰਗਾ, ਤੁਸੀਂ ਇਹਨਾਂ ਦੇ ਘਰੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਸਰ ਦਿਮਾਗ ਦੀ। ਹਾਂਜੀ ਸਵੇਰੇ ਹੋਈ ਸੀ ਗੱਲ, ਠੰਡੀ ਹੋ ਚੁੱਕੀ ਸੀ, ਮੈਂ ਭਈਆ ਦੇ ਮਾਰਿਆ ਸੀ ਇਹਨਾਂ ਨੇ, ਪਤਾ ਕੀ ਆਪਸ ਮੁੰਡੇ ਮੁੰਡੇ ਆਪਸ ਲੜ ਗਏ, ਆਪਾਂ ਸੋਲਵ ਕੀਤਾ ਸਰ, A to Z ਸਾਰਾ, ਹੋਰ ਕੁਛ ਨਹੀਂ ਕੀਤਾ।
ਠੀਕ ਹੈ ਆਪਾਂ ਤਾਂ ਵੀ ਕੋਈ ਲੜੇ ਨਹੀਂ ਹੈਗੇ, ਆਪਾਂ ਗੱਲ ਖਤਮ ਕਰਨੀ ਸੀ, ਪਰ ਐਂਡ 'ਤੇ ਇਹਨਾਂ ਨੇ ਮਤਲਬ ਥਾਣੇ ਰਿਪੋਰਟ ਕਰਤੀ, ਫਿਰ ਮੈਂ ਵੀ ਆਪਣੀ ਸੇਫ ਸਾਈਡ ਲਈ ਥਾਣੇ ਰਿਪੋਰਟ ਕਰਤੀ, ਕਿਉਂਕਿ ਇਹਨਾਂ ਦਾ ਜਵਾਈ ਆਇਆ ਸੀਗਾ, ਠੀਕ ਹੈ, ਉਹਦਾ ਨਾਮ ਮਨੂ ਹੈ ਸਰ, ਉਹ ਮੇਰੇ ਕੋਲ ਉਹਦੀ ਵੀ ਉਹ ਸਾਡੀ ਦੁਕਾਨ ਦੇ ਅੰਦਰ ਵੜ ਗਿਆ ਜੀ, ਮੇਰੇ ਕੋਲ ਸਰ ਸਾਰੀ ਸਾਰੀ ਰਿਕਾਰਡ ਸਾਰੀ ਰਿਕਾਰਡਿੰਗ ਹੈ ਸਰ, ਸਾਰੀ ਰਿਕਾਰਡਿੰਗ ਹੈਗੀ ਏ ਟੂ ਜ਼ੈਡ ਸਾਰੀ ਹੈ। ਲਵਿਸ਼ ਕੁਮਾਰ ਭਾਈ ਹੈਬੋਵਾਲ ਤੋਂ ਆ ਤੇ ਚੋੜੇ ਬਾਜ਼ਾਰ ਕੰਮ ਕਰਦਾ। ਕੀ ਹੋਇਆ ਕਿ ਸਿਵਲ ਹਸਪਤਾਲ ਪਹੁੰਚੇ ਹੋ? ਭਾਜੀ ਪਹਿਲਾਂ ਤਾਂ ਆਪਣਾ ਰਕੇਸ਼ ਨਾਮ ਦਾ ਮੁੰਡਾ ਪਟਲੀ ਪਾਲਟੀ ਦਾ, ਤੇ ਉਹਨੇ ਨਾ ਮੈਂ ਸਾਡੀ ਦੁਕਾਨ ਤੇ ਆਇਆ, ਕਹਿੰਦਾ ਮੇਰੇ ਵੱਲੋਂ ਤਾਂ ਮੈਨੂੰ ਲੱਗਿਆ ਗਾਹਕ ਆ, ਮੈਨੂੰ ਕਹਿੰਦਾ ਰਿਸ਼ਤੇਦਾਰ ਆ, ਤੇ ਸਾਡੀ ਦੁਕਾਨ ਤੇ ਬੁਲਾ ਕੇ ਨਾ ਉੱਧਰ ਲੈ ਗਿਆ, ਫਿਰ ਅੱਗੇ ਚਲੇ ਗਏ ਹੁੰਦੇ ਰਿਸ਼ਤੇਦਾਰ ਜੋ ਵੀ ਮੈਨੂੰ ਨਹੀਂ ਪਤਾ। ਉਸ ਤੋਂ ਆਉਂਦਾ ਹੀ ਉਹਨੇ ਮੈਨੂੰ ਫੜ ਲਿਆ, ਚਪੇੜਾਂ ਮਾਰੀਆਂ, ਤੇ ਉਹਦਾ ਮਕਾਨ ਜਿਹੜਾ ਮਾਲਕ ਆਉਂਦਾ ਹਿਸਾਬ ਨਾਲ ਰਾਜਾ ਬਟ ਛੋਟਾ ਮੁੰਡਾ ਉਹਨਾਂ ਦਾ, ਤੇ ਉਹ ਆਇਆ ਉਹਨੇ ਮੇਰਾ ਗਲਾ ਫੜ ਲਿਆ, ਉਹਨੇ ਮੁੱਕਾ ਮਾਰਿਆ, ਚਪੇੜਾਂ ਮਾਰੀਆਂ, ਆਹ ਨਿਸ਼ਾਨ ਵੀ ਆ, ਉਹ ਹੱਥ ਵੀ ਮੋੜੇ, ਉਸ ਤੋਂ ਚਪੇੜਾ ਮਾਰ ਕੇ ਪਰਾਂ ਲੈ ਕੇ ਪਰਲੀ ਦੁਕਾਨ ਦੇ ਮੁੰਡੇ ਨੇ ਛੁਡਾ ਦਿੱਤਾ ਮੈਨੂੰ। ਉਸ ਤੋਂ ਬਾਅਦ ਆਪਾਂ ਪਰਚਾ ਕਰਾਉਣ ਗਏ ਚੋੜੇ ਬਜ਼ਾਰੀ, ਭਾਈ ਚੋੜੇ ਬਜ਼ਾਰੀ ਹੋਈ ਆ, ਸਾਰਿਆਂ ਨੇ ਕਾਰਨ ਇਹੀ ਕਿ ਖੁੰਦਕਬਾਜ਼ੀ ਹੈ ਜੀ, ਸ਼ੁਰੂ ਤੋਂ ਖੁੰਦਕਬਾਜ਼ੀ, ਪਹਿਲਾਂ ਵੀ ਖੁੰਦਕਬਾਜ਼ੀ ਇਹਨਾਂ ਨੇ ਕੱਢੀ ਕਿ ਗਾਹਕ ਇੱਦਾਂ ਖਿੱਚਦਾ ਸਾਡੇ ਅੱਡੇ ਤੋਂ, ਇੱਦਾਂ ਫਲਾਨਾ ਢਮਕਾਨਾ, ਜਦਕਿ ਮੈਂ ਆਪਣੇ ਅੱਡੇ 'ਤੇ 3 ਫੁੱਟ ਦਾ ਅੱਡਾ ਇੱਕ ਜਣਾ ਵਾਂ, ਚੂੜਾ ਆਪਣਾ ਚੂੜੇ ਦਾ ਕੋਸਮੈਟਿਕ ਵਗੈਰਾ, ਉਹ ਵੀ ਦੂਜੀ ਪਾਰਟੀ ਦਾ ਬੰਦਾ, ਉਹਨਾਂ ਦੇ ਵੀ ਸੇਮ ਦੁਕਾਨਦਾਰ ਹਾਂ, ਪਹਿਲਾਂ ਵੀ ਇਹਨਾਂ ਦੀ ਗਲਤੀ ਮੰਨੀ ਗਈ ਸੀ, ਫਿਰ ਸੋਲਵ ਹੋ ਗਿਆ ਸੀ ਕੇਸ। ਕਿੰਨੇ ਜਣਿਆਂ ਨੇ ਕੀਤਾ? ਦੋ ਬੰਦਿਆਂ ਨੇ ਕੀਤਾ ਜੀ ਮੇਰੇ ਤੇ, ਹਾਂ ਇੱਕੋ ਦੁਕਾਨ ਦੇ ਦੋ ਬੰਦੇ ਸੀਗੇ, ਠੀਕ ਹੈ, ਇੱਕੋ ਦੁਕਾਨ ਦੇ ਦੋ ਬੰਦੇ ਸੀ, ਇੱਕ ਮਕਾਨ ਮਾਲਕ ਸੀਗਾ ਤੇ ਇੱਕ ਨੌਕਰ ਸੀਗਾ, ਰਕੇਸ਼ ਆ ਨਾਮ ਹੁੰਦਾ ਨੌਕਰ ਦਾ, ਇਹ ਸਾਡੇ 3 ਜਾਂ 4 ਵਜੇ ਦੇ ਵਿੱਚ ਦੀ ਗੱਲ ਹੈ। ਮੈਡੀਕਲ ਕਰਾਉਣ ਹੁਣ ਆ ਰਹੇ ਭਾਜੀ? ਮੈਂ ਕਰਾਇਆ ਹੋਇਆ ਦੁਬਾਰਾ, ਜਦੋਂ ਆਪਣੇ ਆਂਟੀ ਨਾਲ ਮੈਂ ਆਇਆ ਦੁਬਾਰਾ ਪਰਚਾ ਪੁਰਚਾ ਕਰਵਾ ਕੇ, ਫਿਰ ਆਂਟੀ ਦੇ ਇਹਨਾਂ ਨੇ ਗਾਲਾਂ ਗੁਲ ਕੱਢੀਆਂ, ਤੇ ਉਹਨਾਂ ਨੇ ਦਾਤ ਮਾਰੇ ਆਂਟੀ ਦੇ ਸਿਰ ਤੇ ਲੱਗਿਆ ਵਾ, ਤੇ ਹਾਂ ਜੋ ਲੜਾਈ ਹੋ ਗਈ ਸੀ ਉਹ ਲੜਾਈ ਚੱਲ ਪਈ ਸੀਗੀ, ਉਹ ਤਾਂ ਸ਼ੁਰੂਆਤ ਆਪਾਂ ਰੋਕ ਲਈ ਲੜਾਈ, ਰੋਕਦੇ ਪਏ ਸੀ ਜਿਨ੍ਹਾਂ ਕੋਲ ਮੈਂ ਕੰਮ ਕਰਦਾ ਦੀਦੀ, ਉਹਨਾਂ ਦੇ ਟਾਂਕੇ ਲੱਗੇ ਇੱਥੇ, ਉਹਨਾਂ ਦੇ ਵੀ ਲੱਗ ਗਏ, ਸਾਰਿਆਂ ਦੇ ਲੱਗੇ, ਜੀਜੂ ਨੂੰ ਕੁੱਟਿਆ, ਕਿੰਨੇ ਬੰਦੇ ਘਾਇਲ ਹੋਏ? ਉਹ ਕਮ ਸੇ ਕਮ 5-6 ਬੰਦੇ ਘਾਇਲ ਹੋਏ ਜੀ। ਘਟਨਾ ਤੁਸੀਂ ਦੱਸ ਰਹੇ 4-5 ਵਜੇ? ਪਹਿਲਾਂ 4:30 ਵਜੇ ਦੀ ਘਟਨਾ ਜੀ, 3:30 ਤੋਂ ਲੈ ਕੇ 4:30, ਉਸ ਤੋਂ ਬਾਅਦ 6:30 ਤੋਂ ਲੈ ਕੇ 8:30 ਤੱਕ ਇਹ ਲੜਾਈਆਂ ਹੋਈਆਂ ਜੀ। ਅੱਛਾ, ਹਾਂਜੀ, ਕੀਤੀ ਸੀ ਜੀ। ਦੂਜੀ ਪਾਰਟੀ ਦੇ ਮੈਂ ਕਹਿ ਨਹੀਂ ਸਕਦਾ, ਕਿਉਂਕਿ ਮੈਨੂੰ ਪਿੱਛੇ ਕਰਤਾ ਸੀਗਾ ਜੀ, ਮੇਰੇ ਵਜਦੀਆਂ ਪਈਆਂ, ਮੈਂ ਪਿੱਛੇ ਕਰਤਾ ਸੀਗਾ, ਮੇਰੇ ਮਾਰਨ ਲੱਗੇ ਸੀ ਦਾਤ, ਇੰਨਾ ਲੰਬਾ ਸੀਗਾ ਜੀ ਦਾਤ, ਜੰਗ ਜੁੰਗ ਲੱਗਾ ਹੋਇਆ ਸੀ, ਮਾਰਨ ਲੱਗੇ ਸੀ ਮੈਨੂੰ ਭਰਾ ਨੇ ਪਿੱਛੇ ਕਰਤਾ, ਪਿੱਛੇ ਹੋ ਜਾ ਤੂੰ। ਜਿਹੜੀ ਘਟਨਾ ਤੁਸੀਂ ਦੱਸੀ, ਕੋਈ ਸੀਸੀਟੀਵੀ ਜਾਂ ਕੋਈ ਹੋਰ? ਉਹਨਾਂ ਕੋਲ ਹੋਏਗੀ ਦੂਜੀ ਪਾਰਟੀ ਕੋ। ਅੱਛਾ, ਉਹਨਾਂ ਦੇ ਕੈਮਰੇ ਲੱਗੇ ਪਰ ਸਾਡੀ ਸ਼ੋਪ ਤੇ ਕੈਮਰੇ ਨਹੀਂ ਲੱਗੇ, ਉਹਨਾਂ ਦੀ ਸ਼ੋਪ ਤੇ ਬਾਹਰ ਹੋਇਆ ਸਾਰਾ ਕੁਝ? ਨਾਲ ਆ ਭਾਜੀ, 3 ਫੁੱਟ ਇਹਨਾਂ ਦੀ, ਨਾਲੇ 3 ਫੁੱਟ ਉਹਨਾਂ ਦੀ ਆ। ਕੀ ਮੰਗ ਕਰਦੇ ਭਾਜੀ? ਇਨਸਾਫ ਚਾਹੀਦਾ ਭਾਜੀ ਤੁਹਾਨੂੰ, ਹਰ ਵਾਰੀ ਦਾ ਇਹ ਡਰਾਮਾ ਇਹਨਾਂ ਦਾ, ਤੇ ਹੋਰ ਰੋਜ਼ ਧਮਕੀਆਂ ਦਿੰਦੇ ਆ, ਹੁਣ ਵੀ ਧਮਕੀਆਂ ਦੇ ਰਹੇ ਆ ਕਿ ਚੁਕਵਾ ਦੇਣਾ। ਭਾਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਰ ਗੌਰਵ ਕੁਮਾਰ। ਕਿਸ ਚੀਜ਼ ਦਾ ਕੰਮ ਕਰਦੇ? ਮੇਰੀ ਹੌਜ਼ਰੀ ਹੈ ਜੀ। ਅੱਛਾ ਜੀ, ਤੇ ਕੀ ਹੋਇਆ ਕੀ ਅੱਜ? ਇਹ ਮੇਰੇ ਮਦਰ ਲੋਕ ਦੀ ਸ਼ੋਪ ਹੈ ਜੀ। ਅੱਛਾ, ਤੇ ਮੇਰੀ ਗੱਲ ਸਿਸਟਰ ਦੀ ਮੈਰਿਜ ਹੋਈ ਆ, ਤੇ ਇਹਨਾਂ ਨੇ ਮੈਨੂੰ 4 ਵਜੇ ਫੋਨ ਆਇਆ ਵੀ ਇੱਦਾਂ ਦਾ ਨਾਲ ਦੇਣੇ ਸਾਡਾ ਜਿਹੜਾ ਮੁੰਡਾ ਕੰਮ ਕਰ, ਅੱਜ ਵੀ ਇਹਨਾਂ ਨੇ ਸਾਡੇ ਮੇਰੀ ਸਿਸਟਰ ਨੂੰ, ਮੇਰੇ ਨਾਲ ਹੀ ਸੀ ਮੇਰੇ ਘਰ 4 ਵਜੇ ਗਈ ਸ਼ੋਪ ਖੋਲਣ ਲਈ, ਤੇ ਉਹਨੇ ਸ਼ੋਪ ਖੋਲੀ, 4:30 ਵਜੇ ਫੋਨ ਆ ਗਿਆ ਵੀ ਉਹਨਾਂ ਨੇ ਮੇਰਾ ਜਿਹੜਾ ਮੁੰਡਾ ਰੱਖਿਆ ਉਹਨੂੰ ਕੁੱਟਤਾ, ਤੇ ਮੈਂ ਕੋਈ ਨਹੀਂ, ਤੁਸੀਂ ਮੇਰੇ ਘਰ ਵੀ ਗੈਸਟ ਆਏ ਸੀ, ਮੈਂ ਕਿ ਤੁਸੀਂ ਕੋਈ ਨਹੀਂ MLR ਕਟਾਓ, 4-5 MLR ਕਟਾ ਕੇ ਕੋਤਵਾਲੀ ਗਏ ਆ ਜੀ, ਉਹਨਾਂ ਨੇ ਇਹਨਾਂ ਨੂੰ ਸਵੇਰੇ ਬੁਲਾਇਆ ਜੋ ਵੀ ਕਰਕੇ, ਤੇ ਫਿਰ
ਇਹਨਾਂ ਦੇ ਵੀ ਚਾਰ ਪੰਜ ਜਿਵੇਂ ਇਹਨਾਂ ਨੇ 8-10 ਮੁੰਡੇ ਨਾ ਉੱਧਰ ਛੁਪਾ ਕੇ ਆਪਣੇ ਰੱਖੇ ਹੋਏ ਸੀ। ਮੇਰੀ ਸਿਸਟਰ ਨੂੰ ਉਹਦਾ ਫੋਨ ਆਇਆ ਵੀ ਇੱਦਾਂ ਦਾ ਵੀ ਬੰਦੇ ਕਾਫੀ ਇਕੱਠੇ ਹੋਏ ਆ। ਮੈਂ ਕੋਈ ਗੱਲ ਨਹੀਂ, ਫਿਰ ਮੈਂ ਆਪਣੀ ਵਾਈਫ ਨੂੰ ਭੇਜਿਆ, ਮੈਂ ਕਿਹਾ ਜਾ ਤੂੰ ਜਾ ਕੇ ਅਟੈਂਡ ਕਰ, ਦੇਖੋ ਦਿੱਕਤ ਵਾਲੀ ਗੱਲ ਤਾਂ ਨਹੀਂ ਹੈਗੀ, ਮੇਰੀ ਵਾਈਫਾਈ ਕੁਤਵਾਲੀ ਵੀ ਗਈ, ਸਾਰਾ ਕੁਝ ਹੋਇਆ। ਉਸ ਤੋਂ ਬਾਅਦ ਕੀ ਹੋਇਆ ਜੀ, ਇਹਨਾਂ ਨੇ ਜਦੋਂ ਮੇਰੀ ਮਦਰ ਨੂੰ ਨੇ ਕਹਿਣਾ ਵੀ ਤੁਸੀਂ ਇੱਦਾਂ, ਮੇਰੇ ਮਦਰ ਨੂੰ ਵੀ ਬਾਹਰ ਗਏ ਸੀ, ਮੇਰੇ ਮਦਰ ਨੂੰ ਵੀ ਫਗਵਾੜੇ ਗਏ ਸੀ, ਉਹ ਸਿੱਧਾ ਪਤਾ ਲੱਗਿਆ ਸਿੱਧਾ ਆ ਗਏ। ਜਦੋਂ ਆਏ ਮੇਰੀ ਮਦਰ ਨੂੰ ਉਹਨੇ ਸਮਝਾਇਆ ਵੀ ਤੁਸੀਂ ਇੱਦਾਂ ਕਿਉਂ ਕਰਦੇ ਹੋ, ਵੀ ਇਕੱਲੀ ਕੁੜੀ ਕਿਆ ਦੁਕਾਨ ਚਲਾਉਂਦੀ ਹੈ, ਤੁਸੀਂ ਚਾਰ ਚਾਰ ਮੁੰਡੇ ਰੱਖੇ, ਇਕੱਲੀ ਕੁੜੀ ਨਾਲ ਗਾਲਾਂ ਗੁਲਾ ਗਲੋਚ, ਅੱਛੀ ਗੱਲ ਨਹੀਂ। ਉਹਨੇ ਬਹੁਤ ਗੰਦੀਆਂ ਗਾਲਾਂ ਵੀ ਸਾਸੂ ਕੱਢਣੀਆਂ ਸ਼ੁਰੂ ਕਰਤੀਆਂ, ਤੋ ਉਹ ਫਿਰ ਕਰਦੇ ਕਰਾਉਂਦੇ ਜੋ ਇੰਨਾ ਹੀ ਝੜਪ ਹੋ ਗਈ ਆਪਸੀ, ਇਹ ਮੁੰਡੇ ਫਿਰ ਤੁਹਾਨੂੰ ਗੰਦੀ ਗਾਲਾਂ ਸ਼ੁਰੂ ਕੀਤੀਆਂ। ਉਹਨਾਂ ਦੇ ਹੱਥ 'ਚ ਕੀ ਸੀ ਕੁਛ ਨਹੀਂ, ਆਪਾਂ ਨੂੰ ਆਪ, ਮੈਂ ਤਾਂ ਆਪ ਸਰ ਮੈਂ ਆਪ ਛੁਡਾਉਣ ਗਿਆ ਜੀ। ਆ ਦੇਖੋ ਇਹਨਾਂ ਨੇ ਮੇਰੀ ਵਾਈਫ ਨੂੰ ਫੜ ਲਿਆ ਪਿੱਠ, ਉਹਦੇ ਛੋਟੇ ਮੁੰਡੇ ਰਾਜੇ ਜਿਹੜਾ ਨਾਮ ਲੈਂਦੇ ਆ, ਨਾਮ ਨਹੀਂ ਪਤਾ ਜੀ, ਹੁਣ ਪਤਾ ਲੱਗਿਆ ਰਾਜਾ, ਇਹ ਮੇਰੀ ਵਾਈਫ ਆ, ਇਹਨੂੰ ਉਹਨਾਂ ਨੇ ਤਾਂ ਪਿੱਛੋਂ ਫੜਿਆ ਜੀ, ਮੈਂ ਮੁੰਡੇ ਨੂੰ ਪਿੱਛੇ ਖਿੱਚਿਆ, ਮੇਰੀ ਵਾਈਫ ਨੂੰ ਛੱਡ ਵੀ ਲੇਡੀਜ਼ ਆ ਜਾ ਚੱਕ ਗਿਆ। ਇਹਨਾਂ ਦੇਖੋ ਹੁਣ ਇਹਦਾ ਪਤਾ ਹੀ ਲੱਗੂਗਾ ਕੀ ਚੀਜ਼ ਆ, ਦਾਤ ਆ ਕੀ ਆ, ਮੈਨੂੰ ਪਤਾ ਮੈਂ ਲਾਤੇ ਕਾਫੀ ਜੋ ਇਹਨਾਂ ਨੇ ਮੇਰੇ ਨਾਲ ਕੀਤਾ। ਉਹ 10-12 ਬੰਦੇ ਸੀ ਘੱਟੋ, ਇਹ ਗੱਲ ਹੈਗੀ 8:30-9 ਵਜੇ ਦੇ ਵਿੱਚ ਦੀ ਮੰਗ ਹੈ ਜੀ ਪ੍ਰਸ਼ਾਸਨ। ਇੱਕ ਦੇਖੋ ਜੀ ਅਗਲੀ ਕੁੜੀ ਦੁਕਾਨ ਖੋਲਦੀ ਹੈ, ਕੋਈ ਗਾਹਕ ਆ ਜਾਏ, ਗਾਹਕ ਦੁਕਾਨ ਦੇ ਅੰਦਰੋਂ ਖਿੱਚ ਕੇ ਲੱਗ ਜਾਂਦੇ ਆ, ਤੇ ਮਾਰ ਕੁਟਾਈ ਰਕਮ ਸਰ ਅੱਗੇ 10 ਸਾਲ ਪਹਿਲਾਂ ਵੀ ਕਤਵਾਲੀ ਜੰਦਾ ਦਾ ਗੈਸ ਹੋਇਆ ਸੀ। ਸਾਰੇ ਬਾਜ਼ਾਰ, ਇੱਕ ਮਿੰਟ, ਸਾਰੇ ਬਾਜ਼ਾਰ ਵਾਲੇ ਇਹਨਾਂ ਨੂੰ ਗਲਤ ਕਹਿੰਦੇ ਆ ਜੀ ਵੀ ਚਲੋ ਤੁਸੀਂ ਆਪਣਾ, ਅਸੀਂ ਤੁਸੀਂ ਆਪਣਾ ਗਾ ਕੇ ਡਾਂਦਾ ਆਪਣਾ ਕਰੋ, ਹੁਣ ਕੰਮ ਸਾਰੇ ਬਾਜ਼ਾਰ ਦੇ ਇੱਕੋ ਜਿਹੇ ਹੁੰਦੇ ਹੀ ਆ। ਇਹ ਆਪਸ 'ਚ ਚਾਚੇ ਤਾਏ ਵੀ ਆ ਜੀ, ਪੁਰਾਣੇ ਤੁਹਾਨੂੰ ਦੱਸਣਾ ਇਹਨਾਂ ਦੇ ਫਾਦਰ ਸਾਹਿਬ ਤੇ ਉਹਨੇ ਫਾਦਰ ਚਾਚੇ ਤਾਏ ਦੇ ਭਰਾ ਵਾ, ਆਪ ਚਾਚੇ ਤਾਏ ਮੁੰਡੇ ਆ ਜੀ। ਟਿਪਸੀ ਨਾਮ ਆ ਮੇਰਾ, ਇਹ ਮੇਰੇ ਮੰਮੀ ਦੁਕਾਨ ਆ, ਆਈ ਚੋੜੇ ਬਾਜ਼ਾਰ, ਤੇ ਅਸੀਂ 4 ਵਜੇ ਦੁਕਾਨ ਖੋਲਦੇ ਆ, 7 ਵਜੇ ਵਧਾਨੇ ਆ, ਤੇ 4 ਦਿਨ ਤੋਂ ਦੁਕਾਨ ਵੈਸੇ ਬੰਦ ਸੀ, ਸਾਡੇ ਵਿਆਹ ਸੀਗਾ। ਨਹੀਂ, ਦੁਕਾਨ ਆ ਸਾਡੀ ਆਪਣੀ ਆ, ਮਨਿਆਰੀ ਦੁਕਾਨ ਆ, ਮੇਰੇ ਪਾਪਾ ਹਾਰਟ ਪੇਸ਼ੈਂਟ ਆ, ਮੇਰੀ ਮੰਮੀ ਤੇ ਮੇਰੀ ਭੈਣ ਬਹਿੰਦੇ ਆ। ਲੇਡੀਜ਼ ਦੀ ਦੁਕਾਨ ਖੋਲਦੇ, ਲੇਡੀਜ਼ ਤੇ ਹਮਲਾ ਹੋਇਆ, ਮੈਨੂੰ ਸਟੂਲ ਨਾਲ ਕੁੱਟਿਆ, ਬੈਲਟ ਨਾਲ, ਪਹਿਲਾਂ ਸਾਡੇ ਵਰਕਰ ਨੂੰ ਕੁੱਟਤਾ ਜੀ, ਅਸੀਂ ਚੁੱਪ ਕਰਕੇ ਬਹਿ ਗਏ। ਉਹ ਕਹਿੰਦੇ ਤੂੰ ਆਵਾਜ਼ਾਂ ਨਹੀਂ ਮਾਰਨੀਆਂ ਗਾਹਕਾਂ ਨੂੰ, ਤੇ ਤੁਸੀਂ 4 ਵਰਕਰ ਇਹਨਾਂ ਨੇ ਰੱਖਿਆ ਵੀ ਆਵਾਜ਼ਾਂ ਮਾਰਦੇ ਆ, ਅਸੀਂ ਕੁਛ ਨਹੀਂ ਗਿਆ, ਸਾਡਾ ਵਰਕਰ ਨੇ ਵੀ ਤਾਂ ਆਵਾਜ਼ ਮਾਰਨੀ, ਅਸੀਂ ਤਾਂ ਹੀ ਰੱਖਿਆ। ਅਸੀਂ ਫਿਰ ਕਹਿੰਦੇ ਤੂੰ ਇਗਨੋਰ ਕਰ ਦਿਓ, ਕਹਿੰਦਾ ਤੈਨੂੰ ਅਸੀਂ ਚੁਕਾ ਦਾਂਗੇ, ਤੈਨੂੰ ਅਸੀਂ ਕੁੱਟ ਦਾਂਗੇ, ਉਹਨੇ ਸਾਨੂੰ ਦੱਸ, ਉਹਨਾਂ ਦੀ ਨੂੰ ਦੱਸੂਗਾ। ਅਸੀਂ ਕਿਹਾ ਕੋਈ ਨਹੀਂ, ਜਦੋਂ ਕੁਛ ਹੋਏਗਾ ਆਪਾਂ ਦੇਖ ਲਾਂਗੇ। ਹੁਣ ਉਹਨੇ ਬਿਨਾਂ ਗਲਤ ਨੂੰ ਉਹਦਾ ਹੱਥ ਫ੍ਰੈਕਚਰ ਕਰਤਾ, ਗਲੇ ਪੈ ਗਿਆ, ਤਾਂ ਖੂਨੋ ਖੂਨ ਕਰਤਾ ਸਾਡੇ ਵਰਕਰ ਨੂੰ, ਤਾਂ ਅਸੀਂ ਚੁੱਪ ਕਰਕੇ ਥਾਣੇ ਚਲ ਗਏ, ਸਾਨੂੰ ਖਤਰਾ ਇਹਨਾਂ ਤੋਂ। ਠੀਕ ਹੈ, ਉਸ ਤੋਂ ਬਾਅਦ ਅਸੀਂ ਦੁਕਾਨ ਵਧਾਉਣ ਲੱਗੇ, 7-8:30 ਦਾ ਟਾਈਮ ਸੀ, ਅਸੀਂ ਤਾਂ ਬਾਹਰ ਹੀ, ਜੇ ਅਸੀਂ ਅੰਦਰ ਹੁੰਦੇ ਸਾਨੂੰ ਤਾਂ ਉਹਨਾਂ ਨੇ ਮਾਰ ਕੇ ਸ਼ਟਰ ਬੰਦ ਕਰ ਦੇਣਾ ਸੀ, ਸਾਨੂੰ ਖਤਰਾ ਅੱਜ ਵੀ ਤੇ ਸਾਨੂੰ ਘਰ ਵੀ ਖਤਰਾ ਵਾ। ਫਿਰ ਕੀ ਹੋਇਆ ਜਦੋਂ ਸ਼ਾਮ ਨੂੰ ਇਹ ਹੋਈ ਗੱਲ? ਸਾਨੂੰ ਤਾਂ, ਅਸੀਂ ਤਾਂ ਸ਼ਟਰ ਵਧਾਇਆ ਵਾ, ਉਹ ਮਾਂ ਭੈਣ ਦੀ ਗਾਲ ਕੱਢਤੀ ਤਾਂ ਉਹ ਹੱਥੋਂ ਪਾਈ ਹੋ ਗਈ, ਇੱਟਾਂ ਚੱਕ ਲਈਆਂ, ਸਟੂਲ, ਬੈਲਟਾਂ, 10-12 ਬੰਦੇ ਸੀਗੇ। ਮੇਰੇ ਮੰਮੀ ਪਾਪਾ, ਮੇਰੀ ਮੰਮੀ, ਮੇਰੀ ਭੈਣ ਰਿੰਮੀ, ਅੰਜਲੀ, ਗੌਰਵ, ਟਿਪਸੀ, ਤੇ ਬਸ ਇਹਨਾਂ ਦੇ ਵਜੀ ਮੇਰੇ ਵਰਕਰ ਦੇ 10-12 ਬੰਦੇ ਪਈ ਆ, ਸਾਨੂੰ ਹੋਸ਼ ਨਹੀਂ, ਮੰਮੀ ਮੇਰੇ ਲੇਟ ਗਏ, ਬੇਹੋਸ਼ ਹੋ ਗਏ। ਬਾਹਰੋਂ ਆਏ ਸੀ, ਸਾਨੂੰ ਕੀ ਪਤਾ, ਬਾਹਰੋਂ ਮੁੰਡੇ ਸੀ, ਅਸੀਂ ਨਾ ਜਾਣਦੇ ਸੀ ਨਾ ਉਹਨਾਂ ਨੂੰ, ਅਸੀਂ ਕਿਰਪਾਨਾ ਸੀ, ਇੱਟਾਂ ਸੀ, ਸਟੂਲ ਸੀ, ਬੈਲਟਾਂ ਸੀ, ਕਿਉਂਕਿ ਦੁਕਾਨਾਂ ਤੇ ਬੈਲਟਾਂ ਜਿਵੇਂ ਲੱਗੀਆਂ ਹੁੰਦੀਆਂ ਨਾ, ਮੇਰੀ ਮੰਮੀ ਦੇ ਬਲੱਡ ਦੇਖੋ ਸਾਰਾ, ਤੁਸੀਂ ਜਾਣਦੇ ਪਿਓ।
ਕੰਮ ਨਹੀਂ ਕਰ ਸਕਦੀਆਂ, ਜੈਂਟਸ ਹੀ ਕੰਮ ਕਰ ਸਕਦੇ, ਅਸੀਂ ਰੋਟੀ ਖਾਣ ਦੇ ਹੱਕ ਨਹੀਂ। ਉਹਨਾਂ ਨੇ ਦੇਖੋ ਖਾਓ, ਮੇਰੀ ਮੰਮੀ ਨੇ ਦੋ ਕੁੜੀਆਂ ਵਿਆਹੀਆਂ, ਉਹਨਾਂ ਨੇ ਵੀ ਤਾਂ ਦੇਖਣਾ ਸਾਰਾ ਕੁਛ। ਮੇਰੇ ਪਾਪਾ ਦੀ ਦਵਾਈਆਂ ਚੱਲਦੀਆਂ, ਮੇਰੀ ਮੰਮੀ ਦਵਾਈਆਂ ਚੱਲਦੀਆਂ, ਰੋਟੀ ਨਹੀਂ ਖਾ ਸਕਦੇ। ਰੱਬ ਨੇ ਸਾਨੂੰ ਭੇਜਿਆ ਸੀ ਚਾਰ ਤੋਂ ਸੱਤ, ਸਾਨੂੰ ਜਿੰਨਾ ਮਿਲਦਾ ਨਾ ਅਸੀਂ ਉਹਦੇ 'ਚ ਹੀ ਖੁਸ਼ ਹਾਂ। ਉਹ 8 ਵਜੇ ਸਵੇਰੇ ਆਉਂਦੇ, ਰਾਤੀ 11 ਵਜੇ ਜਾਂਦੇ, ਸਾਨੂੰ ਕੋਈ ਪ੍ਰੋਬਲਮ ਨਹੀਂ।